ਜਿਹੜੇ ਪਾਲ ਦੀ ਵੇਟ ਸੀ ਉਹ ਪਾਲ ਆ ਚੁੱਕਾ ਜੀ ਤੇ ਗੁਰਦਾਸਪੁਰ ਵਾਸੀਆਂ ਲਈ AGM ਮਾਲ ਖੁੱਲ ਚੁੱਕਾ। ਮੈਂ ਤੇ ਮੌਕ ਅੱਜ AGM ਮਾਲ ਦੇ ਵਿੱਚ ਮੂਵੀ ਵੇਖਣ ਗਏ ਤੇ ਇਹ ਰਿਹਾ ਜੀ AGM ਮਾਲ ਦਾ ਬਾਹਰ ਦਾ ਸੀਨ। ਫੁਕਰੇ 3 ਵੀ ਲੱਗੀ ਹੋਈ ਸੀ, ਨਾ ਲੱਗੀ ਹੋਈ ਸੀ ਮਸਤਾਨੇ, ਅਸੀਂ ਵੇਖਣ ਗਏ ਮਸਤਾਨੇ। ਅਜੇ ਸਿਰਫ ਲੋਕਾਂ ਵਾਸਤੇ ਸਿਨੇਮਾ ਹੀ ਓਪਨ ਹੋਇਆ, ਬਟ ਜਗ੍ਹਾ ਜਗ੍ਹਾ ਤੇ ਲਿਖਿਆ ਹੋਇਆ ਸੀਗਾ ਕਿ ਕਾਫੀ ਬੀਅਰ ਬਾਰਸ, ਕਾਫੀ ਸ਼ੋਪਸ ਦੇ ਬ੍ਰਾਂਡਸ ਦੀਆਂ ਜਿਹੜੀਆਂ ਸ਼ੋਪਸ ਇੱਥੇ ਜਲਦੀ ਖੁੱਲ ਜਾਣਗੀਆਂ। ਬਟ ਸਿਨੇਮਾ ਖੁੱਲਣ ਦੇ ਨਾਲ ਵੀ ਕਾਫੀ ਚਹਿਲ ਪਹਿਲ ਹੋ ਗਈ ਸੀਗੀ। ਫਿਰ ਅਸੀਂ ਪਹੁੰਚ ਗਏ ਉੱਪਰ ਟਿਕਟ ਕਾਊਂਟਰ ਦੇ ਵਿੱਚ। ਤੁਸੀਂ ਟਿਕਟ ਕਾਊਂਟਰ ਤੋਂ ਵੀ ਟਿਕਟ ਲੈ ਸਕਦੇ ਹੋ, ਬਟ ਮੈਂ ਬੁੱਕ ਮਾਈ ਸ਼ੋਅ ਐਪ ਦੇ ਵਿੱਚ ਮੋਬਾਈਲ ਐਪ ਦੇ ਵਿੱਚ ਟਿਕਟ ਬੁੱਕ ਕਰਵਾ ਲਈ ਸੀਗੀ। ਮੋਗ ਪੂਰਾ ਖੁਸ਼ ਆ। ਅਸੀਂ ਆ ਗਏ ਜੀ ਲਿਫਟ ਦੇ ਵਿੱਚ। ਲਿਫਟ ਦੇ ਵਿੱਚ ਦੋ ਓਲਡ ਲੇਡੀਜ਼ ਵੀ ਆਈਆਂ ਜਿਹੜੀਆਂ ਕਿ 100% ਪਸਤਾਨੇ ਮੂਵੀ ਹੀ ਵੇਖਣ ਆਈਆਂ ਹੋਣਗੀਆਂ। ਉੱਪਰ ਅਸੀਂ ਆ ਗਏ ਜੀ ਇੱਥੇ ਲਿਖਿਆ ਹੋਇਆ ਸੀਗਾ ਮਿਰਾਜ ਸਿਨੇਮਾ, ਤੇ ਕਾਫੀ ਇੱਥੇ ਰਸ ਸੀਗਾ ਤੇ ਕਾਫੀ ਰੌਣਕ ਸੀਗੀ। ਮੋਗ ਨੇ ਵੀ ਇੱਕ ਪੌਪਕੋਰਨ ਦੀ ਵੱਡੀ ਜਿਹੀ ਬਾਲਟੀ ਲਈ, ਨਾਲ ਦੋ ਕੋਕਸ ਲਈਆਂ, ਨਾਲ ਦੋ ਪੈਟੀਜ਼ ਲਈਆਂ ਤੇ ਚੱਲ ਪਿਆ ਆਪਾਂ ਮੂਵੀ ਵੇਖਣ। ਮੂਵੀ ਦੇ ਵਿੱਚ ਜਦੋਂ ਅਰਦਾਸ ਹੋਈ ਤਾਂ ਸਾਰਿਆਂ ਨੇ ਖੜੇ ਹੋ ਕੇ ਅਰਦਾਸ ਦੇ ਵਿੱਚ ਹਿੱਸਾ ਲਿਆ। ਮੂਵੀ ਬੜੀ ਘੈਂਟ ਸੀਗੀ, ਤੁਸੀਂ ਆਪ ਵੀ ਵੇਖਿਓ ਤੇ ਬੱਚਿਆਂ ਨੂੰ ਵੀ ਵਿਖਾਇਓ।